सब्सक्राइब करो NC7 न्यूज नो टिल लेटेस्ट अपडेट पाने लिए प्रेस करो बेल आइकन। ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾ ਵਾਇਰਸ ਦੇ 894 ਨਵੇਂ ਕੇਸ ਸਾਹਮਣੇ ਆਏ ਨੇ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19,856 ਹੋ ਗਈ ਹੈ। ਅੱਜ ਕੋਰੋਨਾ ਵਾਇਰਸ ਨਾਲ 29 ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 491 ਹੋ ਗਈ ਹੈ। ਪੰਜਾਬ 'ਚ ਇੱਕੋ ਦਿਨ 29 ਲੋਕਾਂ ਦੀ ਮੌਤ ਹੋ ਗਈ ਹੈ। ਇਹ ਇੱਕੋ ਦਿਨ 'ਚ ਹੋਈਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਅੱਜ ਲੁਧਿਆਣਾ ਤੋਂ 9, ਪਟਿਆਲਾ ਤੋਂ 5, ਜਲੰਧਰ ਤੋਂ 4, ਗੁਰਦਾਸਪੁਰ ਤੋਂ 3 ਅਤੇ ਅੰਮ੍ਰਿਤਸਰ, ਫਰੀਦਕੋਟ, ਕਪੂਰਥਲਾ, ਫਿਰੋਜ਼ਪੁਰ ਅਤੇ ਰੋਪੜ ਤੋਂ ਇੱਕ ਇੱਕ ਮੌਤ ਹੋਈ ਹੈ। ਬੁੱਧਵਾਰ ਨੂੰ 894 ਨਵੇਂ ਮਰੀਜ਼ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਨੇ। ਇੱਥੇ 303 ਨਵੇਂ ਕੋਰੋਨਾ ਕੇਸ ਅੱਜ ਦਰਜ ਕੀਤੇ ਗਏ ਨੇ। ਅੱਜ ਕੁੱਲ 452 ਮਰੀਜ਼ ਸਿਹਤਯਾਬ ਹੋ ਚੁੱਕੇ ਨੇ। ਸੂਬੇ 'ਚ ਕੁੱਲ 622,127 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚ 19,856 ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਨੇ, ਜਦਕਿ 22,943 ਲੋਕ ਸਿਹਤਯਾਬ ਹੋ ਚੁੱਕੇ ਨੇ। ਇਨ੍ਹਾਂ 'ਚ 6,422 ਲੋਕ ਐਕਟਿਵ ਮਰੀਜ਼ ਨੇ। ਬਿਊਰੋ ਰਿਪੋਰਟ NC7 ਨਿਊਜ਼।